ਅੱਜ ਲੁਧਿਆਣਾ ਵਿੱਚ ਜੋ ਮਹਾ ਡਿਬੇਟ ਹੋ ਰਹੀ ਹੈ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਟ੍ਰਾਂਸਪੋਰਟ ਦਾ ਵੀ ਜ਼ਿਕਰ ਕੀਤਾ ਕਿ ਕਿਵੇਂ ਪਿਛਲੀਆਂ ਸਰਕਾਰਾਂ ਦੀ ਸ਼ੈ ਦੇ ਨਾਲ ਪੰਜਾਬ ਦੇ ਵਿੱਚ ਪ੍ਰਾਈਵੇਟ ਟ੍ਰਾਂਸਪੋਰਟ ਜਿਹੜਾ ਹੈ ਉਸ ਨੂੰ ਵਾਅਦਾ ਹੋਇਆ ਉਸ ਦਾ ਵਾਅਦਾ ਹੋਇਆ ਤੇ ਸਰਕਾਰੀ ਬੱਸਾਂ ਉਹ ਘਟੇ ਚ ਗਈਆਂ ਤਾਂ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਕੁਝ ਅੰਕੜੇ ਅੱਜ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਇਸ ਡਿਬੇਟ ਦੇ ਵਿੱਚ ਜਾਰੀ ਕੀਤੇ ਆ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਕਿ ਪਿਛਲੀ ਸਰਕਾਰ ਦੇ ਦੌਰਾਨ ਮਿਤੀ 3 11 2018 ਤੋਂ ਦਿੱਲੀ 에어ਪੋਰਟ ਦੇ ਲਈ ਬੱਸ ਸਰਵਿਸ ਬੰਦ ਕਰ ਦਿੱਤੀ ਗਈ। ਕੇਵਲ 4 ਬੱਸਾਂ ਹੀ ਦਿੱਲੀ 에어ਪੋਰਟ ਲਈ ਚਲਾਈਆਂ ਜਾਂਦੀਆਂ ਨੇ। ਪ੍ਰਾਈਵੇਟ ਬੱਸਾਂ ਦਾ ਕਿਰਾਇਆ ਪਹਿਲਾਂ 2700 ਤੋਂ 4500 ਰੁਪਏ ਹੁੰਦਾ ਸੀ ਅਤੇ ਸਰਕਾਰੀ ਬੱਸਾਂ ਚੱਲਣ ਉਪਰੰਤ ਇਹ ਕਿਰਾਇਆ 1800 ਤੋਂ 2500 ਤੇ ਆ ਗਿਆ। ਤਾਂ ਹੁਣ ਮੌਜੂਦਾ ਸਰਕਾਰ ਦੇ ਦੌਰਾਨ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਲੇਖਾ ਜੋਖਾ ਉਹਨਾਂ ਨੇ ਦਿੱਤਾ ਹੈ ਕਿ ਮਿਤੀ 5 6 2022 ਤੋਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉਸ ਵੱਲੋਂ ਦਿੱਲੀ ਏਅਰਪੋਰਟ ਦੇ ਲਈ ਸਰਕਾਰੀ ਵੋਲਵੋ ਬੱਸ ਸਰਵਿਸ ਦੁਬਾਰਾ ਸ਼ੁਰੂ ਕੀਤੀ ਗਈ ਹੈ। ਮੌਜੂਦਾ ਸਮੇਂ ਦੇ ਵਿੱਚ 19 ਬੱਸਾਂ ਚਲਾਈਆਂ ਜਾ ਰਹੀਆਂ ਨੇ। ਮਿਤੀ 15 6 2022 ਤੋਂ 15 10 2023 ਤੱਕ 42 ਕਰੋੜ 32 ਲੱਖ ਰੁਪਏ ਕਮਾਏ ਗਏ ਹੈ ਤੇ 260002 ਮਾਫ ਕਰਨਾ 26 ਲੱਖ 2707 ਸਵਾਰੀਆਂ ਜਿਨ੍ਹਾਂ ਦੇ ਵਿੱਚ ਐਨਆਰਆਈਜ਼ ਵੀ ਨੇ ਇਸੇ ਵਾਦਾ ਲਾਭ ਲੈ ਚੁੱਕੇ ਆ ਲੇਖਾ ਜੋਕਾ ਜਿਹੜਾ ਹੈਗਾ 10 15 10ਵੇਂ ਮਹੀਨੇ ਦੀ 15 ਤਰੀਕ ਤੱਕ ਦਾ ਦਿੱਤਾ ਗਿਆ ਪਨਬਸ ਪੀ ਆਰਟੀਸੀ ਵੱਲੋਂ ਜਿਹੜਾ ਹੈ ਉਹ ਤਕਰੀਬਨ ਜੋ ਕਿਰਾਇਆ ਹੈ 1160 ਰੁਪਏ ਪ੍ਰਤੀ ਸਵਾਰੀ ਲਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਜਿਹੜਾ ਹੈ ਟਰਾਂਸਪੋਰਟ ਮਾਫੀਆ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਨਾਲ ਦੀ ਨਾਲ ਹੁਣ ਸਵਾਲ ਵੀ ਖੜੇ ਕੀਤੇ ਆ ਕਿ ਆਖਰ ਇੰਨੀਆਂ ਪ੍ਰਾਈਵੇਟ ਬੱਸਾਂ ਨੂੰ ਕਿਉਂ ਵਧਾਇਆ ਗਿਆ ਕਿਉਂ ਰੂਟ ਜਿਹੜੇ ਆ ਉਹ ਵੱਧ ਲੈ ਗਏ ਕਿਉਂ ਰੂਟਾਂ ਨੂੰ ਜਿਹੜਾ ਲੈ ਕੇ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਉਠਾਇਆ ਪ੍ਰਾਈਵੇਟ ਬੱਸਾਂ ਦੇ ਰੂਟ ਨੂੰ ਲੈ ਕੇ ਸਭ ਤੋਂ ਪਹਿਲਾਂ ਤੇ ਤਾਂ ਹੁਣ ਇਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਅੱਜ ਦੀ ਜਿਹੜੀ ਡਿਬੇਟ ਹੈ ਉਸ ਦੇ ਵਿੱਚ ਐਸਵੀਐਲ ਦਾ ਪਹਿਲਾ ਮੁੱਦਾ ਰਿਹਾ ਤੇ ਦੂਸਰਾ ਟਰਾਂਸਪੋਰਟ ਮਾਫੀਆ ਦਾ ਦੂਸਰਾ ਮੁੱਦਾ ਰਿਹਾ